ਤੁਸੀਂ ਇਹ ਦੇਖੋ, ਕੋਈ ਵੀ ਕੰਟਰੀ ਜਿਹੜੀ ਹੈ ਉਹ ਹਰ ਟਾਈਮ 100% ਵੀਜ਼ਾ ਨਹੀਂ ਦੇ ਸਕਦੇ। ਉਹਨਾਂ ਦੇ ਆਪ ਦੇ ਵੀ ਕੁਝ ਰੈਸਟ੍ਰਿਕਸ਼ਨਸ ਹੁੰਦੀਆਂ। ਦੇਖੋ, ਕੋਵਿਡ ਦੇ ਟਾਈਮ ਉਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ, ਲੇਕਿਨ ਜਿਹੜੇ ਕੰਟਰੀ ਨੇ ਆਪਣੇ ਦਰਵਾਜ਼ੇ ਨਹੀਂ ਓਪਨ ਕੀਤੇ, ਮੀਨਸ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਸੀ। ਕੋਵਿਡ ਦੇ ਵਿੱਚ ਟੋਟਲ ਰੈਸਟ੍ਰਿਕਸ਼ਨ ਸੀ ਔਰ ਵੀਜ਼ਾ 100% ਆ ਰਿਹਾ ਸੀਗਾ। ਉਸ ਟਾਈਮ ਸਟੂਡੈਂਟ ਦੀ ਕੀ ਗਲਤੀ ਸੀ, ਅਪਲਾਈ ਨਹੀਂ ਕਰ ਰਹੇ ਸੀ ਡਰ ਕੇ ਕਿ ਉਹ ਐਂਟਰੀ ਨਹੀਂ ਦੇ ਰਹੇ, ਔਰ ਜਦ ਖੁੱਲ੍ਹਿਆ ਤਾਂ ਉਹਨਾਂ ਨੇ ਇਹ ਵੀ ਬੱਚੇ ਜਿਹੜੇ ਜਿਨ੍ਹਾਂ ਨੂੰ ਵੀਜ਼ਾ ਦੇ ਦਿੱਤਾ ਸੀਗਾ ਉਹਨਾਂ ਨੂੰ ਅੰਬੈਸੀ ਫੀਸਾਂ ਤੱਕ ਵਾਪਸ ਕੀਤੀਆਂ। ਮੀਨਸ ਵੀਜ਼ਾ ਵੀ ਦਿੱਤਾ ਔਰ ਉੱਥੇ ਪਹੁੰਚਣ ਦੇ ਬਾਅਦ ਜਿਹੜੀ ਹੈ ਉਹਨਾਂ ਨੂੰ ਅੰਬੈਸੀ ਫੀਸਾਂ ਵੀ ਵਾਪਸ ਦਿੱਤੀ ਔਰ ਕੁਝ ਪੈਸਾ ਵੀ ਪੱਲਿਓਂ ਦਿੱਤਾ। ਅਤੇ ਬਹੁਤ ਵਧੀਆ ਇਹਨਾਂ ਨੇ ਉਸ ਟਾਈਮ ਉਹ ਕੀਤਾ ਹੈ, ਜਿਹੜਾ ਜਿਹਨੂੰ ਕਹਿਣਾ ਚਾਹੀਦਾ ਬੱਚਿਆਂ ਨੂੰ ਸੈਟਲਮੈਂਟ ਦਾ। ਹੁਣ ਇਹ ਜਿਹੜੇ ਲਗਾਤਾਰ 3 ਸਾਲ ਤੋਂ ਵੀਜ਼ਾ, 4 ਸਾਲ ਤੋਂ ਵੀਜ਼ਾ ਜਿਹੜੇ ਦੇ ਰਹੇ ਸੀ ਕੋਵਿਡ ਦੇ ਬਾਅਦ, ਉਹ ਵੀ ਜਿਹਨਾਂ ਦੇ ਵੀਜ਼ੇ 2 ਸਾਲ 'ਚ ਲੱਗ ਗਏ ਸੀ ਜਦ ਰੁਕਿਆ ਹੋਇਆ ਸੀ, ਬਾਰਡਰ ਕਲੋਜ਼ ਸੀ, ਉਹ ਵੀ ਬੱਚੇ ਪਹੁੰਚੇ, ਔਰ ਉਹਦੇ ਬਾਅਦ 2 ਸਾਲ ਲਗਾਤਾਰ ਹੋਰ ਵੀਜ਼ੇ ਕਾਫੀ 82-85% ਦਿੱਤੇ ਹੈ। ਮੈਂ ਤੁਹਾਨੂੰ ਡਾਟਾ ਦੱਸ ਰਹੀ ਹਾਂ। ਅਤੇ ਉਹਦੇ ਬਾਅਦ ਜਿਹੜਾ ਵੀਜ਼ਾ ਇੰਨਾ ਲੱਗ ਗਿਆ ਉੱਥੇ, ਫਿਰ ਜਦ ਬੱਚਾ ਇੰਨਾ ਚਲਿਆ ਗਿਆ ਤਾਂ ਹਾਊਸਿੰਗ ਕ੍ਰਾਈਸਿਸ ਸਟਾਰਟ ਹੋ ਗਏ। ਮੀਨਸ ਕਿ ਰੈਂਟ ਬਹੁਤ ਜ਼ਿਆਦਾ ਵੱਧ ਗਏ, ਬੱਚਿਆਂ ਨੂੰ ਘਰ ਨਹੀਂ ਮਿਲ ਰਹੇ। ਜਿਹੜੀ ਮੈਟਰੋ ਸਿਟੀਜ਼ ਆ, ਜਿਹੜੀ ਮੇਜਰ ਸਿਟੀਜ਼ ਆ, ਜਿੱਦਾਂ ਸਿਡਨੀ ਹੋ ਗਈ, ਮੈਲਬਰਨ ਹੋ ਗਈ, ਜੇ ਰੂਰਲ ਏਰੀਆ ਜਾਂ ਥੋੜ੍ਹਾ ਬੱਚਾ ਜਿੱਦਾਂ ਡਾਰਵਿਨ ਸਾਈਡ ਚਲਾ ਜਾਏ ਜਾਂ ਤਸਮਾਨੀਆ, ਉੱਧਰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ ਹੈ। ਬਟ ਜਿਹੜੀ ਵੀ ਬਿਗ ਸਿਟੀਜ਼ ਹੁੰਦੀਆਂ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ। ਹੁਣ ਮੈਂ ਤੁਹਾਨੂੰ ਡਾਟਾ ਦੱਸਦੀ ਹਾਂ ਕਿ ਕਿੰਨਾ ਕਿੰਨਾ ਨੇ ਜਿਹੜਾ ਵੀਜ਼ਾ ਦਿੱਤਾ ਸੀਗਾ ਔਰ ਕਿੰਨਾ ਕਿੰਨਾ ਨੇ ਡਿਕਰੀਜ਼ ਕੀਤਾ। ਤੁਸੀਂ ਦੇਖੋ, ਇਹਨਾਂ ਨੇ ਜਿਹੜਾ 2023-24 ਦੇ ਵਿੱਚ, ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ, 31 ਦਸੰਬਰ 2023 ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜਾ ਅੰਬੈਸੀ ਦਾ ਡਾਟਾ ਔਨਲਾਈਨ ਕੱਢਿਆ, ਜਿਹਦੇ ਵਿੱਚ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ ਦਾ ਡਾਟਾ, 282,302 ਸਟੂਡੈਂਟ ਵੀਜ਼ਾ ਐਪਲੀਕੇਸ਼ਨ ਲੌਸਟ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ। 14% ਇਨਕਰੀਜ਼ ਹੋਇਆ ਉਹਦੇ, ਜਿਹੜਾ ਲਾਸਟ ਈਅਰ ਦੀ ਜਾਂ ਸੇਮ ਪੀਰੀਅਡ ਦੀ ਆਪਾਂ ਗੱਲ ਕਰੀਏ। ਔਰ ਡਿਪਾਰਟਮੈਂਟ ਨੇ ਕਿੰਨਾ ਵੀਜ਼ਾ ਦਿੱਤਾ, 1,95,934 ਸਟੂਡੈਂਟ ਵੀਜ਼ਾ। ਉਸੇ ਪੀਰੀਅਡ ਦਾ ਜਾਂ ਲਾਸਟ ਦਾ ਅਸੀਂ ਉਹਦੇ ਵਿੱਚ ਡਾਟਾ ਦੇਖੀਏ ਤਾਂ 31% ਡਿਕਰੀਜ਼ ਹੋਇਆ, ਜਿਹੜਾ ਕਿ 31 ਜੁਲਾਈ ਜਿਹੜਾ ਦਸੰਬਰ ਔਰ 31 ਦਸੰਬਰ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ, ਇਹ ਜਿਹੜਾ ਡਾਟਾ ਲੇਟੈਸਟ ਹੈ। ਅਤੇ ਹੁਣ ਤੁਸੀਂ ਦੇਖੋ ਕਿ ਜਦ ਉਹਨਾਂ ਨੇ, ਕਿਉਂਕਿ ਇਹ ਲਾਸਟ ਈਅਰ ਤੋਂ ਹੀ ਪ੍ਰੋਬਲਮ ਚੱਲ ਰਹੀ ਹੈ, ਉਸ ਤੋਂ ਪਹਿਲਾਂ ਇਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ, ਅਤੇ 31% ਜਾਂ ਡਿਕਰੀਜ਼ ਹੋਇਆ, ਆਈ ਡੋਂਟ ਥਿੰਕ ਕਿ ਬਹੁਤ ਜ਼ਿਆਦਾ ਡਿਕਰੀਜ਼ ਹੋਇਆ। 31% ਇਹਨਾਂ ਨੇ ਵੀਜ਼ਾ ਘੱਟ ਦਿੱਤਾ, ਰੀਜ਼ਨ ਬੀਂਗ ਕਿ ਉਹ ਪਹਿਲੇ ਬਹੁਤ ਜ਼ਿਆਦਾ ਵੀਜ਼ਾ ਦੇ ਚੁੱਕੇ ਸੀ, ਇਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਪੌਜ਼ ਕਰਨਾ ਪਿਆ। ਪੌਜ਼ ਕਰਨ ਦਾ ਰੀਜ਼ਨ ਇਹ ਹੁੰਦਾ ਕਿ ਉੱਥੇ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ, ਇੱਧਰੋਂ ਬੱਚਾ ਘੱਟ ਭੇਜੀਏ, ਔਰ ਉੱਧਰ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ ਸੈਟਲ ਹੋਣ ਦਾ। ਇੱਧਰੋਂ ਬੱਚਾ ਘੱਟ ਜਾਏਗਾ ਤਾਂ ਨੈਚੁਰਲ ਹੈ ਕਿ ਉੱਧਰ ਜਿਹੜੀ ਹਾਊਸਿੰਗ ਦੀ ਪ੍ਰੋਬਲਮ ਜਾਂ ਜੋ ਵੀ ਜਿਸ ਵੀ ਚੀਜ਼ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀ, ਵੈਸੇ ਜੋਬਸ ਦੀ ਕੋਈ ਕਮੀ ਨਹੀਂ ਆਈ ਹੈ, ਅਤੇ ਹਰ ਤਰ੍ਹਾਂ ਤੋਂ ਇਹਨਾਂ ਦੀ ਸੈਟਲਮੈਂਟ ਠੀਕ ਹੋ ਜਾਏ। ਨਾਲ ਬੱਚਿਆਂ ਨੂੰ ਇੱਕ ਮੈਸੇਜ ਆ ਰਿਹਾ ਕਿ ਤੁਸੀਂ ਜਿਹੜੇ ਟੂਰਿਸਟ ਵੀਜ਼ਾ 'ਚ ਟੂਰਿਸਟ ਵੀਜ਼ਾ 'ਤੇ ਜਾ ਕੇ ਫਿਰ ਕਨਵਰਟ ਕਰ ਰਹੇ ਸੀ ਜਾਂ ਸਪਾਊਸ ਵੀਜ਼ਾ 35 ਤੋਂ ਉੱਪਰ ਜਾ ਰਹੇ ਸੀਗੇ, ਉਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਤੁਸੀਂ ਪੜ੍ਹਨ ਦੇ ਵਾਸਤੇ ਆਓ, ਲੀਗਲ ਵੇ ਨਾਲ ਆਓ, ਪ੍ਰੋਪਰ ਵੇ ਨਾਲ ਆਓ, ਉਹਨੂੰ ਮਿਸਯੂਜ਼ ਨਾ ਕਰੋ।
ਹੁਣ ਜਿਹੜੇ ਸਟੂਡੈਂਟਸ ਆ, ਜਿਹੜੇ ਇੰਟੈਲੀਜੈਂਟ ਸਟੂਡੈਂਟਸ ਆ, ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਆ। ਜਿੱਦਾਂ ਕੱਲ੍ਹ ਇੱਕ ਵੀਜ਼ਾ ਆਇਆ, ਉਹਨਾਂ ਦੇ ਮੈਂ ਟੋਟਲ ਕੈਲਕੂਲੇਟ ਕੀਤਾ, ਮਾਮਾ ਨੇ ਸਪੋਂਸਰ ਕੀਤਾ ਸੀ, ਉਹਨਾਂ ਦੀ ਬਹੁਤ ਅੱਛੀ ਇਨਕਮ ਸੀ, ਪੇਰੈਂਟਸ ਦੀ ਇਨਕਮ ਠੀਕ ਸੀਗੀ, ਪੇਰੈਂਟਸ ਦੇ ਫੰਡ ਸੀਗੇ, ਨਾਲ ਕੁਛ 25-30% ਮਾਮਾ ਦੇ ਲੱਗੇ ਸੀ। ਬੱਚੇ ਦਾ ਇੰਟਰਵਿਊ ਵੀ ਹੋਇਆ ਐਂਡ ਬੱਚੇ ਦੇ ਇੰਟਰਵਿਊ ਦੀ ਤਿਆਰੀ ਸੀ, ਵੀਜ਼ਾ ਉਹਦਾ ਲੱਗ ਗਿਆ। ਜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੈ, ਪਰਸੈਂਟੇਜ ਠੀਕ ਹੈ ਔਰ ਆਇਲਸ ਬੈਂਡ ਠੀਕ ਹੈ, ਔਰ ਜਿਹੜਾ ਕੋਰਸ ਲੈ ਰਹੇ ਉਸ ਬੱਚੇ ਨੇ ਸਪਲਾਈ ਚੇਨ ਮੈਨੇਜਮੈਂਟ ਲਿਆ ਸੀਗਾ, ਠੀਕ ਹੈ, ਬੀਕੌਮ ਕੀਤੀ ਹੋਈ ਸੀਗੀ, ਅਤੇ ਜੇ ਕੋਰ ਸ਼ਾਇਦ ਉਹਨੇ ਸਪਲਾਈ ਚੇਨ ਮੈਨੇਜਮੈਂਟ ਨਹੀਂ, ਬਿਜ਼ਨਸ ਅਨਾਲਿਟਿਕ ਲਿਆ ਸੀਗਾ। ਜਦ ਤੁਸੀਂ ਇੱਦਾਂ ਦੇ ਕੋਰਸ, ਥੋੜ੍ਹਾ ਡਿਫਰੈਂਟ ਜਿਹਾ ਕੋਰਸ ਲੈਂਦੇ ਹੋ ਤਾਂ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। G8 ਯੂਨੀਵਰਸਿਟੀਆਂ 'ਚ ਵੀਜ਼ਾ ਬਹੁਤ ਅੱਛੇ ਆਏ ਆ, ਲੈਵਲ 2 ਯੂਨੀਵਰਸਿਟੀਆਂ 'ਚ ਜਦ ਤੁਹਾਡੀ ਫੰਡਿੰਗ ਬਹੁਤ ਅੱਛੀ ਹੈ, ਮਤਲਬ ਬਿਲਕੁਲ ਸਟਰੋਂਗ ਹੈ ਔਰ ਤੁਹਾਡਾ ਅਕੈਡਮਿਕ ਠੀਕ ਹੈ, ਤੁਸੀਂ ਜ਼ਰੂਰ ਅਪਲਾਈ ਕਰੋ। ਬਾਕੀ ਜਾਂ 80% ਦੇ ਰਹੇ ਆ, 70% ਦੇ ਰਹੇ ਆ, ਤਾਂ ਉਹ ਵੀ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ, ਡਰਨ ਵਾਲੀ ਗੱਲ ਨਹੀਂ ਹੈ। ਖਾਲੀ ਜਿਹੜੇ ਪਹਿਲੇ ਆਰਟਸ ਵਾਲੇ ਵੀ ਬੱਚੇ ਅਪਲਾਈ ਕਰਦੇ ਸੀ, ਜਿਨ੍ਹਾਂ ਦੇ ਕੋਈ ਵੀ ਸਬਜੈਕਟ ਸੀਗੇ, ਵੀਜ਼ਾ ਆ ਜਾਂਦਾ ਸੀਗਾ, ਹੁਣ ਥੋੜ੍ਹਾ ਜਿਹਾ ਸਬਜੈਕਟ ਵਾਈਜ਼ ਠੀਕ ਹੋਣਾ ਚਾਹੀਦਾ। IELTS 6 ਬੈਂਡ ਓਵਰਆਲ, ਨੋਟ ਲੈਸ ਦੈਨ 5.5 ਜਾਂ 6 ਬੈਂਡ ਈਚ, ਡਿਪੈਂਡ ਕਰਦਾ ਯੂਨੀਵਰਸਿਟੀ ਕੋਰਸਿਸ ਦੇ, ਮੈਡੀਕਲ ਦੇ ਹੋ, ਨੋਨ ਮੈਡੀਕਲ ਦੇ ਹੋ। ਆਰਟਸ ਦੇ ਬੱਚੇ ਉੱਤੇ ਅੱਛੇ ਸਬਜੈਕਟਸ ਹੋਣੇ ਚਾਹੀਦੇ, ਜਿਹਦੇ ਵਿੱਚ ਪੇਂਟਿੰਗ ਆਰਟਸ, ਮਿਊਜ਼ਿਕ ਜਾਂ ਲੈਂਗੁਏਜ ਦੇ ਕੋਰਸ ਜ਼ਿਆਦਾ ਨਹੀਂ ਹੋਣੇ ਚਾਹੀਦੇ। ਤੁਹਾਡਾ ਇੰਗਲਿਸ਼ ਹੈ, ਇਕਨੋਮਿਕਸ ਹੈ, ਹਿਸਟਰੀ ਹੈ, ਮਤਲਬ ਕੁਛ ਇੱਦਾਂ ਦੇ ਸਬਜੈਕਟਸ ਕੋਂਬੀਨੇਸ਼ਨਸ ਅੱਛੇ ਹੋਣ, ਫਿਰ ਵੀਜ਼ਾ ਚਾਂਸਿਸ ਬਹੁਤ ਅੱਛੇ ਹੈ। ਹੁਣ ਜਿਹੜੀ ਇਨਕਮ ਹੈ, 15-16 ਲੱਖ ਮਿਨੀਮਮ ਅਸੀਂ ਕਹਿੰਦੇ ਹਾਂ, ਔਰ ਇੰਡੀਅਨ ਗਵਰਨਮੈਂਟ ਨੇ ਵੀ 7 ਲੱਖ ਪਰ ਜਿਹੜੇ ਪੇਰੈਂਟਸ ਦੀ ਜਿਹੜੀ ਹੈ ਟੈਕਸ ਫਰੀ ਕਰਤੀ ਹੈ, 14 ਲੱਖ 'ਤੇ ਤੁਸੀਂ ਉਹੀ ਇਨਕਮ ਹੁਣ ਬਣ ਜਾਂਦੀ ਹੈ। ਬਟ ਅਸੀਂ ਜ਼ਰੂਰ ਇਹ ਤੁਹਾਨੂੰ ਸੁਜੈਸਟ ਕਰਾਂਗੇ, ਜੇ ਤੁਹਾਡੀ ਜੋਬ ਅੱਛੀ ਹੈ, ਕੋਈ ਰੈਂਟਲ ਇਨਕਮ ਆ ਰਹੀ, ਕੁਛ ਵੀ ਤੁਸੀਂ ਡਿਕਲੇਅਰ ਕਰੋ ਅਤੇ ਤੁਹਾਡੀ ਜਿਹੜੀ ਹੈ ਉਹ ਪਲੱਸ ਹੋਏ, ਅਤੇ ਅੰਬੈਸੀ ਨੂੰ ਵੀ ਦਿਖਾਈ ਦੇ ਕਿ ਤੁਸੀਂ ਟੈਕਸ ਪੇ ਕਰ ਰਹੇ ਹੋ, ਅਤੇ ਪੇਰੈਂਟ ਜਿਹੜਾ ਪੜ੍ਹਾਉਣ ਦੀ ਕੈਪੈਸਿਟੀ ਦੇ ਵਿੱਚ ਹੈ। ਅਤੇ ਜੇ ਇੱਦਾਂ ਦੇ ਤੁਹਾਡੇ ਛੋਟੇ ਛੋਟੇ ਚੀਜ਼ਾਂ 'ਤੇ ਤੁਸੀਂ ਧਿਆਨ ਰੱਖੋਗੇ, ਫਿਰ ਵੀਜ਼ੇ 'ਚ ਕੋਈ ਪ੍ਰੋਬਲਮ ਨਹੀਂ ਕਿਸੇ ਵੀ ਤਰ੍ਹਾਂ ਦੀ। ਲੇਕਿਨ ਮਾਹਿਰ ਜਿਹੜੀ ਸਲਾਹ ਮੇਰੀ ਇਹ ਹੈਗੀ ਹੈ, ਜਿਹੜਾ 27 ਸਾਲਾਂ ਤੋਂ ਮੈਂ ਕੰਮ ਕਰ ਰਹੀ ਹਾਂ, ਕਿ ਇਹ ਉਤਾਰ ਚੜ੍ਹਾਵ ਆਉਂਦੇ ਆ। ਜਦ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ, ਕੋਈ ਮਰਜ਼ੀ ਪ੍ਰੋਫਾਈਲ ਦਾ ਲਗਾ ਦਿੰਦੇ ਹਾਂ, ਲੇਕਿਨ ਜਦ ਥੋੜ੍ਹਾ ਜਿਹਾ ਸਟ੍ਰਿਕਟਨੈਸ ਹੁੰਦੀ ਹੈ ਤਾਂ ਉਸ ਟਾਈਮ ਪ੍ਰੋਫਾਈਲ ਦੇਖ ਕੇ ਲਗਾਉਂਦੇ ਹਾਂ। ਅਤੇ ਸਬਜੈਕਟਸ ਤੁਸੀਂ ਜ਼ਰੂਰ ਅੱਛੇ ਰੱਖੋ, ਜਿਹਦੇ ਨਾਲ ਤੁਹਾਡਾ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਅੱਛੇ ਹੋਣ। ਔਰ ਜੇ ਮਾਸਟਰਸ ਵਾਸਤੇ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ IT ਦੇ ਸਬਜੈਕਟਸ ਹੋਣ, ਇੰਜੀਨੀਅਰਿੰਗ ਦੇ ਹੋਣ, ਕਿਉਂਕਿ ਜਾਂ ਹੈਲਥ ਸਾਇੰਸ ਦੇ ਰਿਲੇਟਿਡ ਹੋਣ, ਇਹਨਾਂ ਦੇ ਵਿੱਚ ਵੀਜ਼ਾ ਚਾਂਸਿਸ ਬਹੁਤ ਹੀ ਅੱਛੇ ਵੀਜ਼ਾ ਚਾਂਸਿਸ ਆ ਉਹਨਾਂ ਦੇ।